ਖਬਰ ਲੁਧਿਆਣਾ ਤੋਂ ਹੈ। ਮੇਜਰ ਅਮਨਦੀਪ ਸਿੰਘ ਨੇ ਸ਼੍ਰੀ ਭੈਣੀ ਸਾਹਿਬ ਦੁਆਰਾ ਬਣਾਏ ਗਏ ਹਾਕੀ ਐਸਟਰੋ ਟਰਫ ਦਾ ਉਦਘਾਟਨ ਕੀਤਾ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼੍ਰੀ ਭੈਣੀ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਹਾਕੀ ਗਰਾਊਂਡ ਦੇ ਐਸਟਰੋ ਟਰਫ ਦਾ ਉਦਘਾਟਨ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਅਮਨਦੀਪ ਸਿੰਘ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੇ ਸਿੰਘ ਜੀ ਨੇ ਕੀਤੀ। ਸਤਿਗੁਰੂ ਉਦੇ ਸਿੰਘ ਜੀ ਨੇ ਕਿਹਾ ਕਿ ਸ਼੍ਰੀ ਭੈਣੀ ਸਾਹਿਬ ਦੀ ਹਾਕੀ ਟੀਮ ਪਹਿਲਾਂ ਹੀ ਮੌਜੂਦ ਹੈ, ਉੱਥੇ ਇੱਕ ਫੁੱਟਬਾਲ ਟੀਮ ਵੀ ਬਣਾਈ ਜਾ ਰਹੀ ਹੈ। ਜਦੋਂ ਇਸ ਐਸਟਰੋ ਟਰਫ 'ਤੇ ਲਗਭਗ 50 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਵਿੱਚ ਅੱਜ ਇੱਥੇ ਪਹੁੰਚੇ ਮੇਜਰ ਅਮਨਦੀਪ ਸਿੰਘ ਦਾ ਸਥਾਨਕ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਮੇਜਰ ਅਮਨਦੀਪ ਸਿੰਘ ਦਾ ਉਹਨਾਂ ਨੂੰ ਪੂਰਾ ਸਮਰਥਨ ਮਿਲਿਆ ਹੈ। ਦੂਜੇ ਪਾਸੇ ਮੇਜਰ ਅਮਨਦੀਪ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੇਖਦੇ ਹਾਂ ਇਹ ਖਬਰ। ਐਸਟ੍ਰੋਟਰਫ ਦਾ ਇਨਾਗੂਰੇਸ਼ਨ ਕੀਤੀ ਹੈ ਔਰ ਇਹ ਹਾਕੀ ਐਸਟ੍ਰੋਟਰਫ ਜਿਹੜਾ ਇਹ ਫਾਈਨੈਂਸ ਕੀਤੀ ਹੈ ਪੰਜਾਬ ਗੌਰਮੈਂਟ ਨੇ ਜੀ। ਸਾਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪ ਪ੍ਰੋਮਿਸ ਕੀਤਾ ਸੀ, ਉਹਨਾਂ ਇੰਟਰਸਟ ਲੈ ਕੇ ਸਾਨੂੰ ਇਹਦੀ ਜੋ ਵੀ ਪੈਸੇ ਦਿੱਤੇ ਨੇ ਦਿੱਤੀ ਹੈ ਔਰ ਇਹਦੀ ਸਾਡੀ ਕੋਸਟ ਅਪਰੋਕਸੀਮੇਟਲੀ 50 ਲੱਖ ਦੀ ਸਾਨੂੰ ਕੋਸਟ ਆਈ ਹੈ ਔਰ ਇਹ 6-a-side ਗਰਾਊਂਡ ਹੈ। ਜਿੰਨੀ ਨੋਰਮਲ ਹੁੰਦੀ ਉਹਦੀ 50% ਗਰਾਊਂਡ ਹੈ ਔਰ ਉਹਦੇ ਵਿੱਚ ਸਾਨੂੰ ਮੇਜਰ ਅਮਰਦੀਪ ਹੁਣਾਂ ਨੇ ਸਾਡੀ ਬਹੁਤ ਮਦਦ ਕੀਤੀ ਔਰ ਅੱਜ ਇਹ ਆਏ ਨੇ ਇਨਾਗੂਰੇਸ਼ਨ ਵਾਸਤੇ। ਇਹਨਾਂ ਨੂੰ ਚੀਫ ਮਿਨਿਸਟਰ ਨੇ ਭੇਜਿਆ ਕਿ ਇਨਾਗੂਰੇਸ਼ਨ ਵਾਸਤੇ ਉਹ ਆਪ ਨਹੀਂ ਆ ਸਕੇ ਅਤੇ ਇਸ ਕਰਕੇ ਅਸੀਂ ਕਰਾ ਰਹੇ ਹਾਂ ਔਰ ਇਹ ਸਾਡੀ ਹਾਕੀ ਟੀਮ ਤਾਂ ਪੁਰਾਣੀ ਹੈ ਹੀ ਹੈ, ਵੀ ਚੱਲਦੀ ਰਹੇਗੀ। ਇਸ ਦੇ ਨਾਲ ਅਸੀਂ ਫੁੱਟਬਾਲ ਅਕੈਡਮੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ 100 ਤੋਂ ਜ਼ਿਆਦਾ ਬੱਚੇ ਨੇ। ਬਿਲਕੁਲ ਜੀ, ਨੌਜਵਾਨਾਂ ਵਾਸਤੇ ਸਾਨੂੰ ਦੇਖੋ ਜਦੋਂ ਤੁਸੀਂ ਨੌਜਵਾਨ ਦੀ ਗੱਲ ਕਰਦੇ ਹੋ ਉਹਨਾਂ 'ਚ ਐਨਰਜੀ ਹੁੰਦੀ ਹੈ, ਬੱਚੇ ਐਗਰੈਸਿਵ ਹੁੰਦੇ ਨੇ, ਤੁਹਾਨੂੰ ਉਹਨਾਂ ਨੂੰ ਕੋਈ ਨਾ ਕੋਈ ਐਵੇਨਿਊ ਦੇਣਾ ਪਏਗਾ ਔਰ ਇੱਕ ਬੜਾ ਅੱਛਾ ਐਵੇਨਿਊ ਸਾਡੇ ਕੋਲ ਸਪੋਰਟਸ ਵਿੱਚ। ਜਿਹੜਾ ਬੱਚਾ ਤੁਹਾਡੇ ਕੋਲ ਸਪੋਰਟਸ ਵਿੱਚ ਲੱਗ ਜਾਏਗਾ ਉਹ ਬੜੀਆਂ ਮਾੜੀਆਂ ਆਦਤਾਂ ਵਿੱਚੋਂ ਬਚ ਜਾਂਦਾ ਜੀ। ਅਸੀਂ ਦੇਖਦੇ ਪੈਸੇ ਨਾਲ ਹਰ ਚੀਜ਼ ਨਹੀਂ ਬਣਦੀ ਪਰ ਪਿੱਛੇ ਇੰਸਪੀਰੇਸ਼ਨ ਚਾਹੀਦੀ ਹੈ ਜੋ ਕੁਛ ਤੁਸੀਂ ਕੁਛ ਕਰ ਸਕਦੇ ਹੋ ਔਰ ਸਤਿਗੁਰੂ ਜੀ ਨੇ ਇਹਨਾਂ ਦੀ ਟੀਮ ਨੇ ਨੀਟਾ ਜੀ ਇੱਥੇ ਬੈਠੇ ਨੇ ਜਿਹੜੇ ਪੁਰਾਣੇ ਓਲੰਪੀਅਨ ਨੇ ਜੀ, ਉਹਨਾਂ ਨੇ ਸਾਰੀ ਮਿਹਨਤ ਕਰਕੇ ਬੱਚਿਆਂ ਵਾਸਤੇ ਐਸਟ੍ਰੋਟਰਫ ਬਣੀ ਹੈ, ਹੁਣ ਫੁੱਟਬਾਲ ਦੀ ਵੀ ਬਣ ਰਹੀ ਹੈ। ਇਸੇ ਤਰ੍ਹਾਂ ਜਿਹੜਾ ਆਪਾਂ ਨਸ਼ਾ ਕਹਿੰਦੇ ਹਾਂ ਕਿ ਨਸ਼ਾ ਅਸੀਂ ਮੁਕਤ ਕਰਨਾ ਹੈ, ਇਹੀ ਇੱਕ ਤਰੀਕਾ ਹੈ ਕਿ ਬੱਚਿਆਂ ਨੂੰ ਖੇਡਾਂ ਵਿੱਚ ਲਾਓ। ਇਹਨਾਂ ਦਾ ਬੜਾ ਫਾਇਦਾ ਜੀ, ਇੱਕ ਫਿਟਨੈਸ ਠੀਕ ਹੁੰਦੀ ਹੈ, ਇੱਕ ਯੂਨਿਟੀ ਆਉਂਦੀ ਹੈ, ਇੱਕ ਕੌਨਫੀਡੈਂਸ ਆਉਂਦਾ ਬੱਚਿਆਂ 'ਚ, ਇੱਕ ਕਾਮਰੇਡਸ਼ਿਪ ਆਉਂਦੀ ਹੈ ਕਿ ਅਸੀਂ ਨਾਲ ਖੜੇ ਹੋਣਾ, ਲੜਾਈ ਵਾਸਤੇ ਲੜਨਾ ਹੈ। ਮੈਂ ਬਹੁਤ ਖੁਸ਼ ਹਾਂ ਜੀ ਔਰ ਕੈਪਟਨ ਸਾਹਿਬ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਸਤਿਗੁਰੂ ਜੀ ਨੂੰ, ਉਹਨਾਂ ਦੀ ਟੀਮ ਨੂੰ ਅਤੇ ਭੈਣੀ ਸਾਹਿਬ ਦੇ ਪੂਰੇ ਜਿਹੜੇ ਸੇਵਕ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੋਏ ਸਾਡੇ ਵੱਲੋਂ। ਨਹੀਂ, ਪੂਰੀਆਂ ਅਸੀਂ ਪਲਾਨਸ ਬਣੀਆਂ ਹੋਈਆਂ, ਸਾਡੇ ਸਪੋਰਟਸ ਮਿਨਿਸਟਰ ਰਾਣਾ ਸੋਢੀ ਜੀ ਡਾਇਰੈਕਟਲੀ ਸੀ ਐੱਮ ਸਾਹਿਬ ਸਪੋਰਟਸ ਟੇਕ ਕੇਅਰ ਕਰਦੇ ਨੇ। ਆਪ ਬੜੇ ਪੁਰਾਣੇ ਸਪੋਰਟਸਮੈਨ ਰਹਿੰਦੇ ਰਹੇ, ਸਤਿਗੁਰੂ ਜੀ ਨੂੰ ਪਹਿਲਾਂ ਉਹਨਾਂ ਨਾਲ ਵੀ ਬੈਡਮਿੰਟਨ ਖੇਡਦੇ ਰਹੇ ਨੇ, ਉਹ ਆਪ ਬੜੇ ਸ਼ੌਕੀਨ ਸਪੋਰਟਸਮੈਨ ਸੀ, ਨੈਸ਼ਨਲ ਲੈਵਲ ਤੱਕ ਖੇਲੇ, ਪੋਲੋ ਦੇ ਪਲੇਅਰ, ਕ੍ਰਿਕਟ ਦੇ ਪਲੇਅਰ, ਹਰ ਟੀਮ 'ਚ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਔਰ ਸਭ ਨਾਲ ਜ਼ਿਆਦਾ ਨਜ਼ਰ ਉਹਨਾਂ ਦੀ ਸਪੋਰਟਸ ਦੇ ਉੱਪਰ ਹੀ ਹੈ ਜਿਸ ਕਰਕੇ ਸਾਡਾ ਨਸ਼ਾ ਖਤਮ ਹੋਏ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਇਹ ਸਭ ਨਾਲ ਇੱਕ ਮੇਨ ਤਰੀਕਾ ਜਿਵੇਂ ਨਸ਼ਾ ਮੁਕਤ ਨੌਜਵਾਨਾਂ ਨੂੰ ਲਿਆਉਣਾ ਅਸੀਂ ਫੀਲਡ 'ਚ ਲੈ ਕੇ ਆਉਣਾ ਔਰ ਪਿੰਡ ਪਿੰਡ ਅਸੀਂ ਕਰਾਂਗੇ ਇਗਜ਼ਾਮਪਲ ਸੈੱਟ ਕਰਤਾ। ਭੈਣੀ ਸਾਹਿਬ ਆਪਣੇ ਸਾਰੇ ਇਹਨਾਂ ਨੇ ਆਪਣੇ ਗੁਰੂ ਸਤਿਗੁਰੂ ਜੀ ਨੇ ਐਗਜ਼ਾਮਪਲ ਸੈੱਟ ਕਰਤਾ ਸਾਰੇ ਹੋਲ। ਫ੍ਰੀ ਲੀਫ ਆਯੁਰਵੈਦਿਕ ਓਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਓਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ
ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।